ਸਲਾਮ ਅਲੈਕਮ ਨਾ ਤੁਸੀਂ ਵੇਖ ਰਹੇ ਪੰਜਾਬ ਟੀ ਵੀ ਬੀ ਟੀ ਪੰਜਾਬ ਇਸ ਟਾਈਮ ਅਸੀਂ ਖਲੋਤੇ ਹਾਂ ਤਾਨੂ ਅਲੈ ਸਲਾਮ ਹਜ਼ਰਤ ਤਾਨੂਖ ਅਲੈ ਸਲਾਮ ਉਹਨਾਂ ਦੇ ਦਰਬਾਰ ਇਹ ਤੀਰ ਦੇ ਨਿਸ਼ਾਨ ਇੱਧਰ ਇਸ ਤਰਫ ਜਾ ਰਹੇ ਹਾਂ ਹੁਣ ਅਸੀਂ ਅੱਲਾਹ ਦੇ ਨਬੀ ਨੇ ਸੱਯਦ ਨਾ ਹਜ਼ਰਤ ਤਾਨੂ ਅਲੈ ਸਲਾਮ ਜਨਾਬ ਹੁਣ ਤੁਹਾਨੂੰ ਜ਼ਿਆਰਤ ਕਰਾਉਂਦੇ ਹਾਂ ਇਸ ਇਹ ਰੋਡ ਜਾ ਰਿਹਾ ਜਨਾਬ ਇਸ ਵੇਖੋ ਨਾ ਇਹ ਰੋਡ ਉਸ ਤਰਫ ਜਾ ਰਿਹਾ ਇਹ ਜਨਾਬ ਇਹ ਬਹੁਤ ਹੀ ਖੂਬਸੂਰਤ ਰਸਤਾ ਹੈ ਇਹ ਵੇਖੋ ਜਨਾਬ ਅੱਲਾਹ ਦੇ ਨਬੀਆਂ ਨੇ ਕਿੱਥੇ ਕਿੱਥੇ ਡੇਰੇ ਲਾਏ ਹਨ ਜਨਾਬ ਆ ਕੇ ਜੰਗਲ 'ਚ ਡੇਰੇ ਇਸ਼ਕ ਦੇ ਅਰਸ਼ਾਂ 'ਤੇ ਫੇਰੇ ਇਸ਼ਕ ਦੇ ਲੁੱਟੀ ਦਲਾ ਖਾਇਸ਼ ਕਨੇ ਪੁੱਠੀ ਦਲਾ ਖਾਇਸ਼ ਕਨੇ ਕਰਦਾ ਇਹ ਕਿਤੇ ਲਾਰੀਆਂ ਬਖਸ਼ੇ ਕਿਤੇ ਸਰਦਾਰੀਆਂ ਇਹ ਰਸਤਾ ਅੱਗੇ ਮੁੜ ਰਿਹਾ ਬਹੁਤ ਹੀ ਖੂਬਸੂਰਤ ਲੱਗਾ ਛੋਟੀ ਜਿਹੀ ਬਸਤੀ ਹੈ ਇਹ ਅੱਲਾਹ ਦੇ ਨਬੀ ਦੀ ਬਦੌਲਤ ਇੱਥੇ ਬਸਤੀ ਬਣੀ ਹੈ ਪਹਿਲੇ ਇੱਥੇ ਕੋਈ ਜਗ੍ਹਾ ਕੋਈ ਜੰਗਲ ਹੀ ਜਾੜ ਵੀ ਆ ਵਾਹਣ ਲੱਗ ਗਿਆ ਸੀ ਜ਼ਿਆਦਾਤਰ ਨੇ ਸ਼ੀਸ਼ੀਆਂ ਨੇ ਕਬਜ਼ਾ ਕੀਤਾ ਹੋਇਆ ਦਰਬਾਰਾਂ ਉੱਤੇ ਹਰ ਘਾਲ ਸ਼ੀਆਂ ਝੰਡੇ ਲੱਗੇ ਆ ਕਸ਼ਮੀਰ ਜਾਂ ਮਰੀ ਜਾਣਾ ਹੋਇਆ ਨਾ ਉੱਧਰ ਮੈਂ ਜਾਏ ਇਸ ਪਾਸੇ ਆ ਗਏ ਪੈਸੇ ਵੀ ਘੱਟ ਨੇ ਖਰਚਿਆ ਤੇ ਕਰ ਲਏ ਤੇ ਮਜ਼ਾ ਜ਼ਿਆਦਾ ਹੈ ਜਨਾਬ ਬਿਲਕੁਲ ਗਰੀਬ ਹੋਣਗੀਆਂ ਕਿ ਦਰਬਾਰ ਦੇ ਅੱਲਾਹ ਦੇ ਨਬੀ ਨੇ ਇੱਥੇ ਗੱਡੀ ਖਿਲਾਰ ਦਿੰਦੇ ਜਨਾਬ ਇੱਥੇ ਹੀ ਰਸਤਾ ਜਨਾਬ ਇਹ ਦੇਖੋ ਜਾਨੀ ਭੱਟ ਸਾਹਿਬ ਅੱਗੇ ਆਓ ਇਹ ਬੱਚੇ ਨਾਲ ਬਹੁਤ ਇੰਜੋਏ ਕਰਦੇ ਨੇ ਬੱਚਾ ਹਾਂਜੀ ਮਜ਼ਾ ਆ ਰਿਹਾ ਹਾਂਜੀ ਕਿੱਥੇ ਆਏ ਹੋ ਅੱਲਾਹ ਦੇ ਨਬੀਆਂ ਦੇ ਦਰਬਾਰ ਨੇ ਵੇਖੋ ਜੀ ਕਿੱਥੇ ਕਿੱਥੇ ਡੇਰੇ ਲੱਗੇ ਹੋਏ ਨੇ ਇਹ ਥੱਲੇ ਇੱਕ ਕੈਮਰਾ ਮਾਰੋਗੇ ਨਾ ਵੇਖੋ ਇਹ ਮੁੰਡਾ ਥੱਲੇ ਆ ਰਿਹਾ ਵੇਖੋ ਬਹੁਤ ਹੀ ਖੂਬਸੂਰਤ ਜਗ੍ਹਾ ਬੱਦਲ ਬਣੇ ਆ ਨਹੀਂ ਤਾਂ ਕਸ਼ਮੀਰ ਦੀਆਂ ਪਹਾੜੀਆਂ ਬਿਲਕੁਲ ਨਜ਼ਰ ਆ ਰਹੀਆਂ ਇਹ ਜਨਾਬ ਲੰਗਰ ਚੱਲ ਰਿਹਾ ਵੇਖੋ ਇੱਥੇ ਖੂਬਸੂਰਤ ਮੰਦਰ ਤਸਵੀਰ ਬਣੀ ਹੋਈ ਹੈ ਨਾਲੇ ਮਸਜਿਦ ਨਬੀ ਦਾ ਬਣਿਆ ਹੋਇਆ ਬਹੁਤ ਹੀ ਖੂਬਸੂਰਤ ਮੰਦਰ ਆ ਦਰਬਾਰ ਦੇ ਕੋਲ ਹੀ ਬਹੁਤ ਹੀ ਖੂਬਸੂਰਤ ਹੈ ਆਓ ਅੱਗੇ ਅੱਗੇ ਤੁਹਾਨੂੰ ਦਰਬਾਰ ਦਿਖਾਉਂਦੇ ਹਾਂ ਇੱਧਰ ਆਓ ਜੁੱਤੀ ਇੱਥੇ ਲਾਓ ਜਨਾਬ ਜੁੱਤੀ ਇੱਥੇ ਜਨਾਬ ਦੇਖੋ ਹਵਾ ਠੰਡੀ ਚੱਲ ਰਹੀ ਜਨਾਬ ਉੱਧਰ ਹਲਕੀ ਹਲਕੀ ਪਹਾੜ ਹੈ ਅਤੇ ਬਹੁਤ ਹੀ ਮਜ਼ਾ ਜਨਾਬ ਦੇਖੋ ਰੇਗਿਸਤਾਨ ਦਾ ਇਲਾਕਾ ਦਰਿਆ ਸੁੱਕਿਆ ਹੋਇਆ ਦੇਖੋ ਜਨਾਬ ਦੁਨੀਆ ਇੱਥੇ ਆ ਰਹੀ ਹੈ ਬਹੁਤ ਹੀ ਅੱਲਾਹ ਦੇ ਔਲੀਆ ਨਬੀ ਨੇ ਅੱਲਾਹ ਦੇ ਨਬੀ ਹਜ਼ਰਤ ਤਾਨੂਖ ਅਲੈਹ ਸਲਾਮ ਦਾ ਦਰਬਾਰ ਹੈ ਜਨਾਬ ਦੇਖੋ ਬਹੁਤ ਹੀ ਖੂਬਸੂਰਤ ਅੰਦਰ ਆ ਕੇ ਦੇਖਿਆ ਜਾਏ ਹੈ ਜਨਾਬ ਦੇਖੋ ਬਹੁਤ ਹੀ ਖੂਬਸੂਰਤ ਮੰਜ਼ਰ ਹੈ ਬਹੁਤ ਦਰਬਾਰ ਬਹੁਤ ਬਣਿਆ ਅੰਦਰ ਅਗੇ ਨਾ ਸ਼ਜਰਾ ਤੁਹਾਨੂੰ ਦਿਖਾਉਂਦੇ ਹਾਂ ਹਜ਼ਰਤ ਤਾਨੂਖ ਅਲੈਹ ਸਲਾਮ ਦਾ ਸ਼ਜਰਾ ਮੁਬਾਰਕ
ਇੱਧਰ ਆ ਇੱਥੋਂ ਸ਼ੁਰੂ ਹੁੰਦਾ ਵੇ ਇੱਥੋਂ ਸ਼ੁਰੂ ਹੁੰਦਾ ਇਹ ਜਾ ਰਿਹਾ ਵੇਖੋ ਇੱਥੋਂ ਜਾ ਰਿਹਾ ਇੱਧਰ ਇਸਹਾਕ ਲੈ ਸਲਾਮ ਹਜ਼ਰਤ ਯਾਕੂਬ ਲੈ ਸਲਾਮ ਹਜ਼ਰਤ ਯੂਸਫ ਲੈ ਸਲਾਮ ਹਜ਼ਰਤ ਇਫਰਾਹੀਮ ਲੈ ਸਲਾਮ ਹਜ਼ਰਤ ਬਰੀਆ ਲੈ ਸਲਾਮ ਹਜ਼ਰਤ ਰਫਾ ਲੈ ਸਲਾਮ ਹਜ਼ਰਤ ਤਲਹਾ ਲੈ ਸਲਾਮ ਹਜ਼ਰਤ ਤਹਸੀਨ ਲੈ ਸਲਾਮ ਹਜ਼ਰਤ ਯਕਦਾਨ ਲੈ ਸਲਾਮ ਹਜ਼ਰਤ ਅਹੂਦ ਲੈ ਸਲਾਮ ਹਜ਼ਰਤ ਸਮੀਖ ਲੈ ਸਲਾਮ ਹਜ਼ਰਤ ਨੂਨ ਲੈ ਸਲਾਮ ਇਹਨਾਂ ਦੇ ਬੇਟੇ ਨੇ ਹਜ਼ਰਤ ਤਾਨੂਹ ਲੈ ਸਲਾਮ ਹਜ਼ਰਤ ਮੂਸਾ ਹਜਾਜ਼ੀ ਹਜ਼ਰਤ ਸਫਦਾਨ ਅਲੈਹ ਸਲਾਮ ਹਜ਼ਰਤ ਦਾਊਦ ਅਲੈਹ ਸਲਾਮ ਹਜ਼ਰਤ ਯਸ਼ਾ ਅਲੈਹ ਸਲਾਮ ਹਜ਼ਰਤ ਅਬੈਦ ਬਿਨ ਬੋਗਰ ਅਲੈਹ ਸਲਾਮ ਹਜ਼ਰਤ ਸੁਲੇਮੂਨ ਅਲੈਹ ਸਲਾਮ ਹਜ਼ਰਤ ਨਖੂਸ਼ ਅਲੈਹ ਸਲਾਮ ਇਹ ਨਾ ਸ਼ਜਰਾ ਮੁਬਾਰਕ ਹੈ ਜਨਾਬ ਅਸੀਂ ਇਹ ਦਰਬਾਰ ਦੇ ਹਜ਼ਰਤ ਤਾਨੂਹ ਅਲੈਹ ਸਲਾਮ ਦੇ ਦਰਬਾਰ ਦੇ ਆਏ ਹੋਏ ਅੱਲਾਹ ਦੇ ਨਬੀ ਨੇ ਸ਼ਜਰਾ ਵੇਖੋ ਜਨਾਬ ਅੰਦਰੋਂ ਸ਼ੀਸ਼ੇ ਲੱਗੇ ਹੋਏ ਨੇ ਬਹੁਤ ਹੀ ਖੂਬਸੂਰਤ ਮੰਜ਼ਰ ਹੈ ਦਰਬਾਰ ਦੇ ਬਾਹਰੋਂ ਵੇਖੋ ਬਾਹਰ ਜੰਗਲ 'ਚ ਡੇਰੇ ਇਸ਼ਕ ਦੇ ਜੰਗਲ 'ਚ ਡੇਰੇ ਇਸ਼ਕ ਦੇ ਅਰਸ਼ਾਂ 'ਤੇ ਫੇਰੇ ਇਸ਼ਕ ਦੇ ਅਸਲਾਤ ਵਸਲਾਮ ਅਲੈਕਾ ਯਾ ਸੈਯਦ ਯਾ ਰਸੂਲੁੱਲਾਹ ਬਾਹਰ ਦਾ ਭਰੂਣ ਐਸੇ ਨੇ ਵੇਖੋ ਜਨਾਬ ਬਰੂਨੀ ਮੰਜ਼ਰ ਵੇਖੋ ਜਨਾਬ ਇਹ ਬਹੁਤ ਖੂਬਸੂਰਤ ਲੱਗ ਰਿਹਾ ਇਸ ਟਾਈਮ ਅਸੀਂ ਚੋਟੀ ਦੇ ਉੱਤੇ ਵੇਖ ਲਓ ਖੜੇ ਹੋਏ ਹਾਂ ਥੱਲੇ ਹੈਗਾ ਕੈਮਰਾ ਇਹ ਫਿਰ ਹਾਂ ਇਹ ਵੇਖੋ ਜਨਾਬ ਬਹੁਤ ਹੀ ਅੱਛਾ ਮੰਦਰ ਹੈ ਇਹ ਕਸ਼ਮੀਰ ਦੀਆਂ ਪਹਾੜੀਆਂ ਦਾ ਜ਼ਿਆਦਾ ਮਜ਼ਾ ਆ ਰਿਹਾ ਇੱਥੇ ਦਰਿਆ ਵੇਖੋ ਜਨਾਬ ਆ ਸਾਈਡ ਦੇ ਇਹ ਦਰਿਆ ਜਨਾਬ ਹੈ ਇੱਧਰ ਆਓ ਜਨਾਬ ਇਹ ਗੇਟ ਲੱਗਾ ਹੋਇਆ ਜਨਾਬ ਹਜ਼ੂਰ ਸੈਯਦਨਾ ਅੰਬੀਆ ਹਜ਼ਰਤ ਤਾਨੂਖ ਅਲੈਹ ਸਲਾਮ ਕਿਬਲਾ ਆਲਮ ਹਜ਼ਰਤ ਖਵਾਜਾ ਗੋਹਰਦੀਨ ਅਸਦ ਨੂਰ ਅੱਲਾ ਇਹ ਵੀ ਸ਼ਜਰਾ ਲਿਖਿਆ ਜਨਾਬ ਇਹ ਨੇ ਹਜ਼ਰਤ ਤਾਨੂਖ ਅਲੈਹ ਸਲਾਮ ਹਜ਼ਰਤ ਸਫਦਾਨ ਅਲੈਹ ਸਲਾਮ ਹਜ਼ਰਤ ਮੂਸਾ ਹਜਾਜ਼ੀ ਇਹ ਤਿੰਨ ਦਰਬਾਰ ਨੇ ਜਿਨ੍ਹਾਂ 'ਤੇ ਅਸੀਂ ਜਾਣਾ ਅਸਲਾਮ ਵਾਲੇਕੁਮ ਜਨਾਬ ਅਸੀਂ ਨਾ ਪੰਜਾਬ ਟੀ ਵੀ ਸਾਡਾ ਪੰਜਾਬ ਟੀ ਵੀ ਤੋਂ ਅਸੀਂ ਅਸਲਾਮ ਵਾਲੇਕੁਮ ਜਨਾਬ ਕੀ ਨਾਂ ਤੁਹਾਡਾ ਜਨਾਬ ਜ਼ੁਲਫਕਾਰ ਸਾਹਿਬ ਨੇ ਇੱਥੇ ਬੈਠੇ ਹੋਏ ਨੇ ਦਰਬਾਰ ਦੇ ਉੱਤੇ ਅੰਬੀਆ ਕਰਾਮ ਨੇ ਤਾਨੂਖ ਅਲੈਹ ਸਲਾਮ ਦੇ ਦਰਬਾਰ ਦੇ ਨਾ ਥੋੜ੍ਹਾ ਜਿਹਾ ਖਿਆਲ ਦਾ ਇਜ਼ਹਾਰ ਖਿਆਲ ਦਾ ਕਰਨੇ ਕੀ ਸ਼ਜਰਾ ਨੇ ਸਭ ਇਹਨਾਂ ਦਾ ਇਹ ਰੋਜ਼ੇ ਪਾਕ ਦਾ ਹਾਂਜੀ ਰੋਜ਼ੇ ਪਾਕ ਇਹ ਹਜ਼ਰਤ ਸੈਯਦਨਾ ਤਾਨੂਖ ਅਲੈਹ ਸਲਾਮ ਦਾ ਰੋਜ਼ਾ ਹੈ ਅਤੇ ਆਲ ਔਲਾਦ ਨੇ ਹਜ਼ਰਤ ਸੈਯਦਨਾ ਯਾਕੂਬ ਅਲੈਹ ਸਲਾਮ ਅੱਛਾ ਠੀਕ ਹੈ ਉਹਨਾਂ ਦੀ ਜੱਦ ਇਹ ਹਜ਼ਰਤ ਯੂਸਫ ਅਲੈਹ ਸਲਾਮ ਦੀ ਅੱਛਾ ਅੰਦਰ ਸ਼ਜਰਾ ਲਿਖਿਆ ਇਸ ਦੇ ਨਾਲ ਨੇ ਆਪਣਾ ਸੈਯਦਨਾ ਮਮਨੂਨ ਅਲੈਹ ਸਲਾਮ ਉਹ ਹਜ਼ਰਤ ਦਾਊਦ ਅਲੈਹ ਸਲਾਮ ਦੇ ਬੇਟੇ ਨੇ
ਇਸ ਤੋਂ ਅੱਗੇ ਗੁਜਰਾਂ ਹਜ਼ਰਤ ਸੈਦਨਾ ਮੂਸਾ ਹਜਾਜ਼ੀ ਦਾ ਸਲਾਮ, ਉਹ ਅਤੇ ਇੱਕ ਰਿਹਾਨ ਸ਼ਰੀਫ ਹੈ ਹਜ਼ਰਤ ਸੈਦਨਾ ਸਫਦਾਨ ਦਾ ਸਲਾਮ, ਇਹ ਹਜ਼ਰਤ ਯੂਸਫ ਦਾ ਸਲਾਮ ਦੇ ਭਾਈ ਹਨ, ਹਜ਼ਰਤ ਸੈਦਨਾ ਲਾਵੀ ਦਾ ਸਲਾਮ ਉਹਨਾਂ ਦੇ ਪੁੱਤਰ ਨੇ, ਸੱਕੇ ਬੇਟੇ ਨੇ ਹਜ਼ਰਤ ਮਰਾਰੀ ਦਾ ਸਲਾਮ ਦੇ, ਇਹਨਾਂ ਦਾ ਅਤੇ ਇਹ ਸ਼ਿਜਰਾ ਸਾਰਾ ਜਿਹੜਾ ਨਿਸਬ ਲਿਖਿਆ ਹਜ਼ਰਤ ਸੈਦਨਾ ਬਾਬਾ ਗੌਰਉਦੀਨ ਨੇ ਸਾਰਾ ਇਹ ਸ਼ਿਜਰਾ ਤਿਆਰ ਕੀਤਾ ਜਿੰਦਰ ਸ਼ਰੀਫ ਵਾਲਿਆਂ, ਉਹਨਾਂ ਹੀ ਸਾਰੀ ਇਹਨਾਂ ਦੀ ਨਿਸ਼ਾਨਦੀ ਕੀਤੀ ਹੈ, ਉਹ ਤੋਂ ਪਹਿਲਾਂ ਕਿਸੇ ਨਹੀਂ ਪਤਾ। ਹਾਂਜੀ, ਇਹ ਰੋਜ਼ੇ ਵੀ ਉਹਨਾਂ ਹੀ ਸਾਰੇ ਬਣਾਏ ਤਿਆਰ ਕੀਤੇ ਨੇ, ਹਜ਼ਰਤ ਸੈਦਨਾ ਨੇ ਮੈਂ ਤੌਸ ਅਲੈਹਿਸ ਸਲਾਮ ਦਾ ਰੋਜ਼ਾ ਉਹ ਵੀ ਉਹਨਾਂ ਤਿਆਰ ਕੀਤਾ, ਫਿਰ ਇਹ ਵੀ ਚਿਸ਼ਤਗਾਨੀ ਵਾਲਾ ਪਤਲਾ ਵੀ, ਇਹ ਸਾਰਾ ਸਿਸਟਮ ਜਿਹੜਾ ਨਾ ਇਹ ਉਹਨਾਂ ਨੂੰ ਹੀ ਅੱਲਾ ਦੀ ਤਰਫੋਂ ਜਿਹੜਾ ਨਾ ਹੋਇਆ ਕਿ ਇਹ ਅੰਬੀਆ ਸਲਾਮ ਦਾ ਇਹ ਨਾ ਹੈ, ਇਹ ਸ਼ਿਜਰਾ ਹੈ, ਉਹਨਾਂ ਫਿਰ ਇਹਨਾਂ ਦਾ ਪੂਰਾ ਸ਼ਿਜਰਾ ਤਿਆਰ ਕੀਤਾ ਉਹ ਜਿਹਦੇ ਕਿ ਅੰਦਰ ਸ਼ਿਜਰਾ ਲੱਗਾ ਹੋਇਆ। ਹਾਂਜੀ, ਉਹਦੇ 'ਚ ਇਹ ਫਿਰ ਇਹ ਮਹਿਕਮਾ ਲੈ ਲਿਆ ਕਾਪ ਨੇ, ਹਾਲੇ ਮਹਿਕਮਾ ਕਾਪ ਨੇ ਇਹਦਾ ਕੀ ਕਰਨਾ ਲੈ ਕੇ, ਇੱਥੇ ਐਤਵਾਰ ਹੀ ਹੈ ਰਸ਼ ਰੁਸ਼ ਅੱਗੇ ਤਾਂ ਕੋਈ ਪਿੱਛੇ ਤਾਂ ਕੋਈ ਆਪਣਾ ਐਡਾ ਨਹੀਂ ਹੈ, ਅਸੀਂ ਇਹ ਲੋਕਾਂ ਨੂੰ ਐਡਾ ਅਸੀਂ ਤਾਂ ਇਹ ਸਮਝਾਂਗੇ ਕਿ ਇਸ ਇਲਾਕੇ ਵਾਲਿਆਂ ਨੂੰ ਕੋਈ ਐਡਾ ਮੇਰੇ ਖਿਆਲ ਨਾਲ ਪਤਾ ਹੀ ਨਹੀਂ ਹੈ, ਇਹ ਵੀ ਦੂਰੋਂ ਦੂਰੋਂ ਦੁਨੀਆ ਆ ਰਹੀ ਹੈ ਜਿਹੜੀ ਆ ਰਹੀ ਹੈ। ਮਾਤਾ ਅੰਬੀਆ ਵਾਲੇ ਸਲਾਮ ਦੇ ਬਹੁਤ ਜ਼ਿਆਦਾ ਰੋਦੇ ਨੇ, ਜਿਹਨਾਂ ਦਾ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਪਾਕਿਸਤਾਨ 'ਚ ਕਿੰਨੇ ਕੁ ਅੰਬੀਆ ਵਾਲੇ ਸਲਾਮ ਦੇ ਰੋਦੇ ਨੇ। ਸਹੀ ਬਾਤ ਜਿਹੜੀ ਹੈ ਦੇਖੋ ਨਾ, ਗਰੀਬ ਵਾਲ ਹਜ਼ਰਤ ਸੈਦਨਾ ਅਸਾਮ ਵਾਲੇ ਸਲਾਮ ਦਾ ਰੋਦਾ, ਹਜ਼ਰਤ ਨੂਹ ਵਾਲੇ ਸਲਾਮ ਦੇ ਬੇਟੇ ਨੂੰ ਕੋਈ ਨਹੀਂ ਪਤਾ ਕਿਸੇ ਨੂੰ, ਉਹ ਕਿੱਥੇ ਕਰਕੇ ਜਨਾਬ? ਨਹੀਂ ਨਹੀਂ, ਹਜ਼ਰਤ ਅਸਾਮ ਵਾਲੇ ਸਲਾਮ ਦਾ ਰੋਦਾ ਗਰੀਬ ਵਾਲ, ਗਰੀਬ ਵਾਲ ਸੀਮਟ ਜਿਹੜਾ ਨਾ ਇੱਥੇ ਬਣਦਾ ਉਹਦੇ ਨਾਲ ਕਿ ਪਿੰਡ ਛੋਟਾ ਜਿਹਾ ਗਰੀਬ ਵਾਲ, ਉੱਥੇ ਰੋਦਾ ਹਜ਼ਰਤ ਸੈਦਨਾ ਅਸਾਮ ਵਾਲੇ ਸਲਾਮ। ਦੇਖੋ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ, ਕਿਸੇ ਆਲਮ ਨੂੰ ਹੀ ਪੁੱਛ ਲਓ, ਕਿਸੇ ਨੂੰ ਪਤਾ ਹੀ ਨਹੀਂ ਹੈ, ਹਜ਼ਰਤ ਨੂਹ ਵਾਲੇ ਸਲਾਮ ਦੇ ਬੇਟੇ ਦਾ ਰੋਦਾ ਇੱਧਰ ਹੈ। ਹੋਰ ਕਮ ਸੇ ਕਮ ਉਹ 30 ਤੋਂ ਜ਼ਿਆਦਾ ਰੋਦੇ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ, ਠੀਕ ਹੈ। ਸਫਦਾਨ ਲੈ ਸਲਾਮ ਦਾ ਰੋਦਾ, ਹਜ਼ਰਤ ਸਫਦਾਨ ਲੈ ਸੈਦਨਾ ਸੈਦਨਾ ਸਫਦਾਨ ਲੈ ਸਲਾਮ ਦਾ ਰੋਦਾ, ਭਾਗਵਾਲ ਤੋਂ ਅੱਗੇ ਆਉਂਦਾ ਨਾਲਾ, ਉਹ ਪੁਲ ਕ੍ਰਾਸ ਕਰਦੇ ਹਾਂ ਸਰ ਸੱਜੇ ਹੱਥ ਹੋਣਾ ਹਰਿਆਣ ਸ਼ਰੀਫ, ਉਹ ਹਰਿਆਣ ਸ਼ਰੀਫ ਹੈ ਪਿੰਡ ਦੇ, ਪਿੰਡ ਕ੍ਰਾਸ ਕਰੀਏ ਪਿੰਡ ਦੇ ਵਿੱਚ ਹੀ ਅੱਗੇ ਆਪਣਾ ਰੋਦਾ ਹੈ ਸੈਦਨਾ ਸਫਦਾਨ ਲੈ ਸਲਾਮ ਦਾ। ਹਾਂਜੀ, ਬਹੁਤ ਸ਼ੁਕਰੀਆ ਜਨਾਬ ਤੁਹਾਡਾ, ਬਹੁਤ ਮਿਹਰਬਾਨੀ ਜਨਾਬ। ਜਨਾਬ ਤੁਸੀਂ ਵੇਖ ਰਹੇ ਹੋ ਪੰਜਾਬ ਟੀ ਵੀ ਬੀਟੀ, ਪੰਜਾਬ ਟੀ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ।